ਜੀ ਫਤਿਹ। ਬਹੁਤ ਹੀ ਵਡਭਾਗੀਆਂ ਸੰਗਤਾਂ ਹਨ ਜੋ ਕਿ ਗੁਰੂ ਮਹਾਰਾਜ ਜੀ ਸੰਗਤਾਂ ਨੂੰ ਆਪਣੇ ਨਾਲ ਲੈ ਕੇ ਨਗਰ ਦੀ ਪਰਿਕਰਮਾ ਕਰ ਰਹੇ ਹਨ ਅਤੇ ਥਿਆਲ ਦੀ ਪੱਤੀ ਚੌਂਕ ਦੇ ਵਿੱਚ ਗੁਰੂ ਮਹਾਰਾਜ ਬਿਰਾਜਮਾਨ ਹੋਏ ਹਨ। ਸੋ ਕੋਟਨ ਕੋਟ ਸ਼ੁਕਰਾਨਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸੰਗਤਾਂ ਵੱਲੋਂ ਥਿਆਲ ਦੀ ਪੱਤੀ ਦੀਆਂ ਵੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਦੀ ਸੇਵਾ ਕੀਤੀ ਹੈ। ਸੋ ਗੁਰੂ ਮਹਾਰਾਜ ਇਸ ਥਿਆਲ ਦੀ ਪੱਤੀ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੇ ਰੋਗਤਾ ਬਖਸ਼ਿਸ਼ ਕਰੇ, ਦੇਸ਼ਾਂ ਪ੍ਰਦੇਸ਼ਾਂ ਗਿਆਂ ਸੰਗਤਾਂ ਦੀ ਸਹਾਇਤਾ ਕਰੇ। ਭਾਈ ਸਾਹਿਬ ਭਾਈ ਪ੍ਰਭਜੀਤ ਸਿੰਘ ਜੀ ਜੋ ਕਿ ਸਾਡੇ ਨਗਰ ਦਾ ਹੀ ਜਥਾ ਹੈ, ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਨੇ ਬਹੁਤ ਹੀ ਮਿੱਠੀ ਆਵਾਜ਼ ਬਖਸ਼ਿਸ਼ ਕੀਤੀ ਹੈ। ਸੋ ਇਹਨਾਂ ਨੇ ਨਿਰੋਲ ਗੁਰਬਾਣੀ ਦੇ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਏ। ਸੋ ਸਾਰੀਆਂ ਸੰਗਤਾਂ ਵੱਲੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸੋ ਹੁਣ ਕੁਝ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦਿੱਤੀ ਜਾਵੇਗੀ। ਥਿਆਲ ਪੱਤੀ ਵੱਲੋਂ ਗੁਰੂ ਘਰ ਵਾਸਤੇ 1100 ਰੁਪਏ ਦੀ ਸੇਵਾ ਹੋਈ ਹੈ। ਸੋ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਦਿੱਤੀ ਜਾਵੇਗੀ।